ਗੁੱਡ ਮਾਰਨਿੰਗ ਜੱਟੋ ਫਰੋਮ ਪੈਰਿਸ। ਸੋਚ ਰਹੇ ਹੋਣੇ ਪੰਨਾ ਸਾਹਿਬ ਕਿੱਥੇ ਪਹੁੰਚ ਗਿਆ, ਹੁਣੇ ਅੱਜ ਆਪਾਂ ਬ੍ਰੇਕਫਾਸਟ ਕਰਕੇ ਹਟੇ ਹਾਂ ਮੈਕਡੋਨਲਡ ਤੋਂ। ਥੈਂਕ ਯੂ। ਹੁਣ ਅਸੀਂ ਹੈ ਸਗੋਂ ਚਾਚੇ ਨੂੰ ਕਰੋ ਕੰਟੈਕਟ ਆ ਗਏ ਇੱਥੇ ਰੇਵੀਆਂ ਵਾਲੇ ਪਹੁੰਚਾਉਣੇ। ਹਾਂਜੀ ਜੱਟੋ, ਗੁੱਡ ਮਾਰਨਿੰਗ ਸਾਰਿਆਂ ਨੂੰ। ਗੁੱਡ ਮਾਰਨਿੰਗ ਮੈਕਡੋਨਲਡ ਪੈਰਿਸ ਤੋਂ। ਹੁਣ ਆਪਾਂ ਆਏ ਸੀ ਮੈਕਡੋਨਲਡ 'ਚ ਅਤੇ ਕੁਛ ਖਾਂਦੇ ਹਾਂ ਸਵੇਰ ਦਾ ਖਾਣਾ, ਫਿਰ ਤੁਹਾਨੂੰ ਕਰਦੇ ਹਾਂ ਸੰਪਰਕ ਅਤੇ ਖਾਣ ਨੂੰ ਆਪਣੇ ਕੋਲ ਇੱਥੇ ਦੱਸਦੇ ਤੁਹਾਨੂੰ ਕੀ ਹੈ। ਦੇਖੋ ਆਪਣੇ ਕੁਛ ਦੋ ਬਰਗਰ ਆ ਅਤੇ ਕੈਫੇ ਵੀ ਲੈਂਦੀ ਆਪਾਂ, ਅਤੇ ਆ ਜੂਸ ਆ ਅਤੇ ਹਾਂ ਆਈਸਕ੍ਰੀਮ। ਇੰਨੀ ਬਾਹਰ ਠੰਡ ਹੋਈ ਪਈ ਅਤੇ ਮੈਂ ਆਈਸਕ੍ਰੀਮ ਕਿਉਂ ਖਾਂਦੇ, ਠੰਡ ਨੂੰ ਠੰਡ ਮਾਰਦੀ ਹੈ ਨਾ। ਬਾਕੀ ਵਿਊ ਚੈੱਕ ਕਰੋ ਬਾਹਰ, ਪਤਾ ਨਹੀਂ ਬੜੀ ਤਗੜੀਆਂ ਬਿਲਡਿੰਗਾਂ ਬਿਲਡਿੰਗਾਂ ਜਿਹੀਆਂ ਬਣਾ ਛੁੜੀਆਂ ਨੇ। ਬਾਕੀ ਸਵੇਰ ਆਇਆ, ਬਾਕੀ ਤਾਂ ਮੈਂ ਬਾਹਰ ਜਾ ਕੇ ਹੁੰਦੇ ਘੰਟੇ ਨੂੰ। ਗੁੱਡ ਮਾਰਨਿੰਗ ਜੱਟੋ ਫਰੋਮ ਪੈਰਿਸ। ਸੋਚ ਰਹੇ ਹੋਣੇ ਪੰਨਾ ਸਾਹਿਬ ਕਿੱਥੇ ਪਹੁੰਚ ਗਿਆ, ਹੁਣੇ ਅੱਜ ਆਪਾਂ ਬ੍ਰੇਕਫਾਸਟ ਕਰਕੇ ਹਟੇ ਹਾਂ ਮੈਕਡੋਨਲਡ ਤੋਂ। ਕੁਛ ਦਿਖ ਰਿਹਾ ਹੋਣਾ ਹੈ ਨਾ, ਚਿੱਟੇ ਚੁੰਡੇ ਵੀ ਲੱਗੇ ਲਾ ਕੇ ਅਮਰੀਕਾ ਦੇ। ਅਤੇ ਹੁਣ ਆਪਾਂ ਜਾਣਾ ਥੋੜ੍ਹੀ ਜਿਹੀ ਸ਼ੋਪਿੰਗ ਕਰਨ, ਬਟ ਠੰਡ ਬੜੀ ਹੋ ਚੁੱਕੀ ਹੈ। ਬ੍ਰੇਕਫਾਸਟ ਵੀ ਜੋ ਕੀਤਾ ਨਾ, ਵਿੱਚ ਆਈਸਕ੍ਰੀਮ ਵੀ ਆਪਾਂ ਸਪੈਸ਼ਲ ਲਵਾਈ, ਕਹਿੰਦੇ ਠੰਡ ਨੂੰ ਠੰਡ ਕੱਢਦੀ ਹੈ ਅਤੇ ਲੋਹੇ ਨੂੰ ਲੋਹਾ ਕੱਢਦਾ, ਵੀ ਕਰਕੇ ਲੈਣੀ ਤਾਂ ਪੈਣੀ ਹੀ ਹੋਣਾ ਨਾ। ਖਾ ਕੇ ਵੇਖਿਆ ਪਰ ਠੰਡ ਤਾਂ ਜ਼ਿਆਦਾ ਲੱਗੀ, ਮੈਂ ਤਾਂ ਭੈਣ ਜੋਧੀ ਖਾਧੀ। ਬਸ ਸਹੀ ਹੈ, ਹੁਣ ਚੱਲਦੇ ਹਾਂ ਆਪਾਂ ਗਾਰ ਸਲਾਜ਼ਾਰ ਦੇ ਆਪਾਂ ਇਸ ਟਾਈਮ, ਅਤੇ ਹੁਣ ਆਪਾਂ ਗਾਰਲ 'ਚ ਆ ਗਏ ਅਤੇ ਮੈਟਰੋ ਫੜਨੀ 14, ਮੈਟਰੋ 14 ਫੜ ਕੇ ਅਤੇ ਗਾਰ ਦੀ ਲੋਨ ਤੱਕ ਪਹੁੰਚਦੇ ਹਾਂ। ਉੱਥੇ ਜਾ ਕੇ ਆਪਾਂ ਫਿਰ ਥੋੜ੍ਹਾ ਜਿਹਾ ਤਿਆਰ ਕਰਨਾ ਆਪਣੀ ਟ੍ਰੇਨ, 11 ਕੁ ਵਜੇ ਆ ਅਤੇ ਹੁਣ 9 ਵਜੇ ਆ, ਆਪਣੇ ਕੋਲ 2 ਘੰਟੇ ਦਾ ਸਮਾਂ ਹੈਗਾ। 2 ਘੰਟੇ 'ਚ ਆਪਾਂ ਸ਼ੋਪਿੰਗ ਵੀ ਕਰਨੀ ਹੈ, ਖੜ ਜਾਓ ਹੋਏ ਬੱਤੀ ਹਰੀ ਹੈ, ਫਾਇਦਾ ਚੱਕ ਲਈਏ। ਕਿੰਨੇ ਕਾਨੂੰਨ ਦੀ ਸਾਹਮਣਾ ਹੋ ਰਹੀ ਹੈ, ਪਤਾ ਪੰਨੂ ਸਾਹਿਬ ਆ ਰਹੇ, ਸਾਰੀਆਂ ਗੱਡੀਆਂ ਰੋਕ ਦਿੱਤੀਆਂ ਗਈਆਂ ਨੇ, ਸਾਰਾ ਕੰਮ ਮੈਡਮ ਸੈਟਅਪ ਹੋ ਗਿਆ ਇੱਕਦਮ। ਹੁਣ ਆਪਾਂ ਚੱਲਦੇ ਹਾਂ ਗਾਰ 'ਤੇ, ਉੱਥੇ ਜਾ ਕੇ ਆਪਾਂ ਲੱਭਦੇ ਹਾਂ ਮੈਟਰੋ ਨੰਬਰ 14। ਅਤੇ ਬਾਕੀ ਵਿਊ ਚੈੱਕ ਕਰੋ ਮੋਰਨਿੰਗ ਦਾ, ਠੰਡ ਬਹੁਤ ਪੈ ਰਹੀ ਇੱਥੇ, 6 ਡਿਗਰੀ ਟੈਂਪਰੇਚਰ ਆ ਕੁਛ, ਆਈ ਥਿੰਕ ਵੇਖਿਆ ਮੈਂ 6 ਡਿਗਰੀ ਸੀਗਾ, ਪਰ ਫਿਰ ਵੀ ਠੰਡ ਪੂਰੀ ਵਰ ਰਹੀ ਹੈ। ਅਤੇ ਮੈਟਰੋ ਆਪਾਂ ਫੜਨੀ ਸੀ ਨੰਬਰ 14, ਇੱਥੇ ਕਿਹੜਾ ਆ, ਇੱਥੇ ਤਾਂ 13 ਆ, ਬਾਕੀ ਦੇਖਦੇ ਹਾਂ, ਲਿਖਿਆ ਤਾਂ ਹੈਗਾ ਬਾਕੀ 14 ਮਿਲੂਗੀ ਇੱਥੋਂ, ਬਾਕੀ ਤੁਹਾਨੂੰ ਦੱਸਦੇ ਚੈੱਕ ਕਰਕੇ ਕੀ ਚੱਕਰ ਆ। ਬਾਕੀ ਰਹੋ ਸਟੇ ਟਿਊਨ, ਰਹੋ, ਵਿਊ ਦੇਖੋ, ਵਿਊ ਬੰਬਾ ਮੋਰਨਿੰਗ ਦਾ। ਤੁਹਾਨੂੰ ਬਰਗਰ ਕਿੰਗ ਵੀ ਮਿਲ ਜਾਂਦਾ ਇੱਥੇ, ਸਭ ਕੁਛ ਮਿਲ ਜਾਂਦਾ ਆ, ਅੰਦਰ ਸ਼ੋਪਾਂ ਵੀ ਵਾਧੂ ਹੈਗੀਆਂ, ਸੈਂਸੀਅਫ ਹੋ ਗਿਆ। ਐਨ ਪੂਰੀ ਪੌੜੀਆਂ ਪੂੜੀਆਂ ਜਾਂਦੀਆਂ, ਪੂਰਾ ਸ਼ਾਨਦਾਰ ਕੰਮ ਬਣਾਇਆ ਵਾ ਕੇ। ਹੁਣ ਆਪਾਂ ਚੱਲਦੇ ਹਾਂ ਉੱਪਰ, ਅਤੇ ਹੋਪ ਉੱਤੋਂ ਆਪਾਂ ਨੂੰ ਮੈਟਰੋ ਮਿਲਣੀ ਚਾਹੀਦੀ ਹੈ, ਫਿਰ ਨਾ ਹੋਵੇ ਦੂਜੇ ਕੰਮ ਵਾਂਗੂ ਨਾ ਹੋਵੇ, ਫਿਰ ਥੱਲੇ ਉੱਤਰ ਕੇ ਆਉਣਾ ਪਵੇ। ਬਾਕੀ ਰਹੋ ਦੇਖਦੇ ਤੁਸੀਂ, ਬਹੁਤ ਖੁਸ਼ਖਬਰੀ ਦੀ ਖਬਰ ਆ ਆਪਾਂ ਨੂੰ, ਮੈਟਰੋ 14 ਗਈ ਹੈ ਦੇਸ਼, ਅਤੇ ਹੁਣ ਆਪਾਂ ਉਹਦੇ ਵੱਲ ਨੂੰ ਵੱਧਦੇ ਹਾਂ। ਬਾਕੀ ਪਿੱਛੇ ਵਿਊ ਚੈੱਕ ਕਰੋ, ਦੁਨੀਆ ਬੜੀ ਇੱਥੇ ਤੁਰਦੀ ਫਿਰਦੀ, ਉਹ ਵੇਖੋ ਜੀ, ਬੱਲਾ ਬੱਲਾ ਬੱਲਾ, ਇੰਨੀ ਦੁਨੀਆ ਕਿੱਥੋਂ ਨਿਕਲ ਆਈ ਇੱਥੇ, ਕੋਈ ਥੱਲੇ ਜਾ ਰਿਹਾ, ਕੋਈ ਉੱਪਰ ਜਾ ਰਿਹਾ, ਬੰਦੇ 'ਤੇ ਬੰਦਾ ਚੜਿਆ ਪਿਆ, ਅਤੇ ਬਾਕੀ ਆਹੋ ਠੀਕ ਆ, ਕੰਮ ਤਰੱਕੀ ਹੋ ਰਹੀ, ਪੈਰਿਸ ਪਬਲਿਕ ਬੜੀ ਵੱਧ ਰਹੀ ਹੈ ਨਾ। ਬਾਕੀ ਬੜੀ ਜਨਤਾ ਨੂੰ ਭੱਜੋ ਭਜਾਈ ਭੱਜੀ ਹੈ, ਮਿੰਟੋ ਮਿੰਟ ਹੀ ਪਹੁੰਚ ਜਾਈਏ, ਟ੍ਰੇਨ ਫੜ ਲਈਏ, ਅੱਤਾ ਉਹ ਵੀ ਜਾ ਰਿਹਾ ਆਪਣਾ। ਬਾਕੀ ਪੰਨੂ ਸਾਹਿਬ ਜਾ ਰਹੇ ਨੇ ਆਰਾਮ ਨਾਲ, ਜ਼ਿੰਦਗੀ ਦਾ ਚੱਸ ਲੈਂਦੇ ਹੋਏ, ਕੀ ਕਾਹ ਲਈ ਆਪਾਂ ਕਿਉਂ ਕਰਨੀ ਹੈ ਨਾ, ਘੰਟਾ ਪਹਿਲਾਂ ਆਇਓ ਅਤੇ ਨਜ਼ਾਰੇ ਨਾਲ ਆਪਣਾ ਕਰੋ ਸਫ਼ਰ, ਮੌਕੇ 'ਤੇ ਆ ਜਾਂਦੇ ਹਾਂ, ਬਾਰੇ ਟ੍ਰੇਨ ਨਹੀਂ ਮਿਲਦੀ, ਫਿਰ ਚੱਲਦਾ ਧੱਕਾ ਮੁੱਕੀ। ਬਾਕੀ ਹੁਣ ਤੁਹਾਨੂੰ ਜਾ ਕੇ ਦਿਖਾਵਾਂਗੇ, ਦੇਖੀ ਬੀਬੀ, ਹੁਣ ਜਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਟਿੰਬਰਲੈਂਡ ਦਾ, ਹਾਂ ਸ਼ੋਪਿੰਗ ਆਪਾਂ ਉੱਦਾਂ ਸੋਚਦੇ ਹਾਂ ਟਿੰਬਰਲੈਂਡ ਦੇ ਸ਼ੂਜ਼ ਲੈਣ ਦੀ। ਬਾਕੀ ਜੇ ਆਪਾਂ ਹੋਰ ਕੁਛ ਵਧੀਆ ਮਿਲ ਜੂ ਚੀਜ਼ ਉੱਥੋਂ ਲੈਣ ਨੂੰ, ਅੱਗੇ ਲਾਗਿਓ ਚਾਗਿਓ, ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਬਾਕੀ ਜਿਹੜੇ ਪੈਰਿਸ ਵਾਲੇ ਮੇਰੇ ਭਰਾਵਾਂ ਦਾ ਸਾਰਾ ਆਉਂਦਾ ਆ, ਕਹਿੰਦੇ ਕਿ ਉੱਥੇ ਕੀ ਹੁਣ ਕਹਿੰਦੇ ਆ, ਉੱਥੇ ਜਾਣਕਾਰੀ ਬਾਰੇ, ਇਨਫੋਰਮੇਸ਼ਨ ਬਾਰੇ, ਆਰਮੀ ਬਾਰੇ ਸਾਨੂੰ ਦੱਸੋ, ਉਹ ਵੀ ਤੁਹਾਨੂੰ ਵਿਸਤਾਰ ਦੱਸਾਂਗੇ। ਪਰ ਟਾਰਗੇਟ ਆਪਾਂ ਰੱਖਿਆ 500 ਸਬਸਕ੍ਰਾਈਬਰ ਦਾ, ਜਿੱਦਣ ਆਪਣੇ 500 ਸਬਸਕ੍ਰਾਈਬਰ ਹੋ ਗਏ
ਉਦਣ ਆਪਾਂ ਪੂਰੀ ਇਹਦੀ ਫੁੱਲ ਵੀਡੀਓ ਬਣਾਵਾਂਗੇ, ਪੂਰੀ ਫੁੱਲ ਇਨਫੋਰਮੇਸ਼ਨ ਦਿੱਤੀ ਜਾਊਗੀ ਕੀ ਹਿਸਾਬ ਕਿਤਾਬ ਆ ਕਿੱਦਾਂ ਨਹੀਂ। ਇਸ ਲਈ ਜਿਨ੍ਹਾਂ ਨੇ ਆਰਮੀ ਆਰਮੀ ਵੀਡੀਓ ਦੇਖਣਾ ਚਾਹੁੰਦੇ ਆ ਫੁੱਲ ਕੰਪਲੀਟ ਇਨਫੋਰਮੇਸ਼ਨ ਬਾਰੇ, ਉਹ ਕਰੋ ਜਲਦੀ ਜਲਦੀ ਸਬਸਕ੍ਰਾਈਬ ਅਤੇ ਨਾਲ ਦਾ ਤੁਹਾਨੂੰ ਕਰਾਓ, ਫਿਰ ਤੁਹਾਨੂੰ ਆਪਾਂ ਵੀਡੀਓ ਲੈ ਕੇ ਉਨੀ ਜਲਦੀ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਾਂ ਉਹਦੇ ਵਿੱਚ। ਬਾਕੀ ਦੇਖੋ ਇੱਧਰ ਤਿੰਨ ਤਿੰਨ ਪੌੜੀਆਂ ਬਣੀਆਂ ਜਾ ਰਹੀਆਂ, ਕੋਈ ਇੱਧਰੋਂ ਆ ਰਹੀ ਕੋਈ ਉੱਧਰੋਂ ਆ ਰਹੀ, ਪੂਰਾ ਵਿਊ ਬੰਬੇ ਆ ਅੰਦਰ। ਤੁਹਾਨੂੰ ਇੱਥੇ ਨਾ ਗਾਰਾ ਮਤਲਬ ਟ੍ਰੇਨ ਸਟੇਸ਼ਨ ਅੰਦਰ ਵੀ ਤੁਹਾਨੂੰ ਸਾਰਾ ਕੁਛ ਮਿਲ ਜਾਂਦਾ ਸ਼ੋਪਿੰਗ ਵਾਸਤੇ, ਬੁਟੀਕ ਬੁਟੂਕ ਹੋ ਗਏ ਜਿੱਦਾਂ। ਬਾਕੀ ਆ ਮਸ਼ੀਨਾਂ ਤੋਂ ਮਿਲ ਜਾਂਦੇ, ਚਾਹ ਚੂਹ ਪੀਣੀ ਹੋਵੇ ਆਪਣਾ ਕੌਫੀ ਕਾਫੀ ਲੈ ਕੇ ਪੀਓ। ਫੁੱਟ ਲੋਕਰ ਪਰ ਇੱਥੇ ਵੀ ਹੈਗਾ ਆ, ਆਪਾਂ ਨੂੰ ਲੱਗਦਾ ਨਹੀਂ ਆਪਾਂ ਜਿਹੜੀ ਚੀਜ਼ ਲੈਣੀ ਆ ਮਿਲੂਗੀ। ਨਹੀਂ ਆਪਾਂ ਟਿੰਬਰ ਲੈਂਡ ਆਉਣਾ, ਉਹ ਨਹੀਂ ਮਿਪੜੇ ਮਿਲਣਾ। ਆਪਣੀ ਕਿੱਧਰ ਗਈ ਯਾਰ ਮੈਟਰੋ? ਹਾਂ ਉੱਧਰ ਆ। ਹਾਂਜੀ ਜੱਟੋ, ਟਿਕਟ ਆਪਾਂ ਨੂੰ ਗਈ ਹੈ ਮਿਲ, ਆਹ ਚੈੱਕ ਕਰ ਸਕਦੇ ਹਾਂ। ਬਾਕੀ ਜਨਤਾ ਚੈੱਕ ਕਰੋ, ਇੱਥੇ ਬੰਦੇ ਦਾ ਬੰਦਾ ਚੜਿਆ ਪਿਆ, ਹੋਰ ਪਤਾ ਨਹੀਂ ਕੀ ਚੜਿਆ ਪਿਆ, ਪਤਾ ਕੋਈ ਨਹੀਂ। ਹੁਣ ਪਨ ਸਾਹਿਬ ਆਪਣੀ ਟਿਕਟ ਪਾਉਣਗੇ, ਚੈੱਕ ਕਰਨਗੇ ਕੀ ਚੀਜ਼ ਹੈ। ਹਾਂ ਕੰਮ ਆਪਾਂ ਕਰੀਦਾ ਕਾਨੂੰਨ ਵਾਲਾ, ਕੁਛ ਨਹੀਂ ਆਪਾਂ ਦੱਸੀਦਾ ਕਿ ਉਹਨੂੰ ਕਹਿੰਦੇ ਆ, ਬਿਨਾਂ ਟਿਕਟ ਤੋਂ ਆਪਾਂ ਕਦੇ ਸਫ਼ਰ ਨਹੀਂ ਕਰੀਦਾ। ਆਪਾਂ ਕੰਮ ਕਰਦੇ ਸਿੱਧੇ ਕਾਨੂੰਨ ਦੀ ਪਾਲਣਾ ਪੂਰੀ ਕਰੀਦੀ। ਤੁਹਾਨੂੰ ਆਪਣੀ ਮੈਟਰ ਕਿੱਧਰ ਗਈ? ਭਾਈ ਜੋ ਗਵਾਜਗੀ ਲੱਗਦੀ ਹੋ। ਬਾਕੀ ਵੀ ਉਹ ਚੈੱਕ ਕਰੋ ਪਿੱਛੇ ਬੰਦਾ ਇੰਨਾ ਆ ਰਿਹਾ ਨਾ ਇੱਥੇ ਮੁੜ, ਕੁਛ ਵੀ ਕੁਛ ਬੰਦੇ 'ਤੇ ਬੰਦਾ ਚੜਿਆ ਪਿਆ। ਆਹ ਕੀ ਜੁਗਾੜ ਜਿਹਾ, ਖੂਹ ਬਣਾਇਆ ਮੌਤ ਦਾ ਖੂਹ ਹੈ। ਇੱਧਰ ਨੂੰ ਘੁੰਮਣ ਘੇਰੀਆਂ ਖਾ ਕੇ ਥੱਲੇ ਹੁਣ ਜਾਓ, ਥੱਲੇ ਚਾਚਾ ਵੀ ਲੱਗਾ ਪਿਆਨੋ ਵਾਲਾ, ਹੱਥ ਕਰਾਈ ਜਾਂਦਾ ਹੀ ਉਹ। ਮਿਲਦੇ ਜਾ ਕੇ ਚਾਚੇ ਨੂੰ ਆਪਾਂ। ਚਾਚਾ ਆਪਣਾ ਗਾਉਂਦਾ ਇੱਥੇ, ਚਾਚਾ ਕਿੱਦਾਂ ਸਾਹ ਮਿਸ ਰੰਕੀ ਮੈਸੀ ਹੈ? ਚਲੋ ਚਾਚੇ ਨੂੰ ਕਰੋ ਕੰਟੈਕਟ, ਆ ਗਏ ਇੱਥੇ ਹਲੇ ਪੁੱਛਣ ਨੂੰ। ਚਾਚਾ ਖੁਸ਼ ਹੋਈ ਜਾਂਦਾ ਜੀ। ਹੁਣ ਆਪਾਂ ਕਿੱਧਰ ਜਾਣਾ ਆ? ਗਰਦ ਲਿਓ, ਆਪਣੀ ਡਾਇਰੈਕਸ਼ਨ ਆ ਠੀਕ ਆ, ਗਰਦੀ ਲਿਓ ਇਹੋ ਹੀ। ਚਾਚਾ ਖੁਸ਼ ਹੋ ਗਿਆ, ਮੈਂ ਚਾਚਾ ਲਿਆ ਇੱਧਰ ਮਾੜਾ ਬੈਠ ਜਾ, ਮੈਂ ਆਖਰਾ ਮਾਰ ਤੀ ਭੈਣ ਆਉਂਦਾ ਨਹੀਂ ਨਾ ਜੋੜਾ ਮਿਲ, ਨਹੀਂ ਤਾਂ ਆਪਾਂ ਫਿਰ ਪਤਾ ਤੁਹਾਨੂੰ ਸਭ ਘੱਟ ਕਰ ਦੇ ਕਿਤੇ। ਬਾਕੀ ਵੇਖੋ ਸਹੀ ਵਿਊ ਇੱਧਰ, ਹੋਰ ਹੋਰ ਬੈਠੀ ਉਸ ਕਹਿੰਦੀ ਭੁੱਖ ਲੱਗੀ ਮੈਨੂੰ, ਭੁੱਖ ਮੈਨੂੰ ਵੀ ਲੱਗੀ ਹੁਣ ਮਾਮਾ, ਇੰਨੀ ਤਗੜੀ ਡੋਲ ਡੋਲੇ ਕੱਢੇ ਤੂੰ, ਦਿਮਾਗ ਮੂੰਹ ਲਿਆ ਥੋੜ੍ਹਾ ਹੈ ਨਾ, ਕੰਮ ਕੁੰਮ ਕਰ ਲਾ, ਦਿਹਾੜੀ ਲਾ ਲਾ ਆਪਣੀ ਚਾਰ। ਆਪਾਂ ਇੱਥੇ ਆਉਣਾ ਤੇ ਆਪਾਂ ਇੱਥੇ ਜਾਣਾ, ਚਲੋ ਬਈ ਵੜ ਜਾਓ ਅੰਦਰ। ਅੱਜ ਭੀੜ ਘੱਟ ਲੱਗਦੀ ਸਵੇਰੇ ਸਵੇਰੇ, ਦੁਨੀਆਂ 'ਤੇ ਇੰਨੀ ਆਈ ਪਤਾ ਨਹੀਂ ਕਿੱਧਰ ਵੜ ਗਈ ਸਾਰੀ। ਜਗੰਡਾ ਜਿਹਾ
ਆ ਵੀਡੀਓ ਯਾਦ ਹੋਣੀ ਉਹਨਾਂ ਨੂੰ ਜਦੋਂ ਮੈਂ ਆਇਆ ਸੀ ਉੱਥੋਂ ਬਾਈ ਉਹਨੂੰ ਮਿਲਣ ਗਿਆ ਸੀ ਯਾਰ ਬੇਲੀ ਨੂੰ ਅਤੇ ਆਹੀ ਇੱਥੋਂ ਘਰ ਤੋਂ ਗਿਆ ਸੀ ਆ ਸ਼ਾਇਦ ਯਾਦ ਹੋਣਾ ਉਹਨਾਂ ਨੂੰ ਆ ਫੁੱਲ ਬੂਟੀਆਂ ਨੇ ਪਿੱਛੇ ਘਰ ਬੈਠੀਆਂ ਹਨ ਇੱਥੋਂ ਆਪਾਂ ਫੜੀ ਸੀ ਟ੍ਰੇਨ ਮੈਟਰੋ ਹੁਣ ਆਪਾਂ ਚੱਲਦੇ ਹਾਂ ਤਾਂ ਨੂੰ ਉੱਧਰੋਂ ਚੱਲਦੇ ਹਾਂ ਅਤੇ ਦੁਨੀਆ ਥੱਕੀ ਪਈ ਸਾਰੀ इधर से हम लेफ्ट ले लेंगे नहीं राइट को ले लेंगे तो हम ग्रांड कार पे पहुंच जाएंगे जहां हमको जाना था इधर में शॉर्ट टिकट आनी पड़ती है और एक बार हाँ भाई थोड़ा लेंगे अपन अब बल्ले चर्च ने खोलती हूँ आप आ चुके हैं इतने वड्डी कार से देखो व्यू बंबा ना चाचा वाओ चाचा मछरे व्यू पिछे बंबा कर दा हूँ आप जाना किधर आ तुम सब कन्फ्यूज हो रहे इधर कन्फ्यूजिंग इतों बाहर निकल जाता ना किसी बने किधर किधर बड़ी जा रही जनता किधर किधर कुछ नहीं थोड़ा जो मैं कन्फ्यूज हाँ किधर जाना है बाकी निकल के मैं कर रहा संपर्क हाँ जी जटो फाइनली आप निकल चो चुके हैं कामयाब टिकट तीन बार चल गई उदा दो बार चलती होंगी है पता नहीं कितना चल चुल गई चलो ठीक है वधिया हूँ आप चलते हैं उपर तो थोड़ा चिर फोन फान आई थिंक चार्ज करना चाहिए आ चार्ज चूर्ज करके फुल फिर आप चलते हैं सब बाहर तो फिर उतों लभद जो आप शॉपिंग करनी है वो समान देखते हैं उदों तक ਤੁਸੀਂ ਦੇਖੋ ਅਤੇ ਇੰਤਜ਼ਾਰ ਕਰੋ ਸਟੇ ਟਿਊਨਡ ਰਹੋ ਤੁਹਾਨੂੰ ਆਪਾਂ ਦੱਸਾਂਗੇ ਕਿੱਥੋਂ ਸ਼ੋਪ ਲੱਗ ਸਕਦੀ ਤੁਹਾਨੂੰ ਘਰ ਦੇ ਲਿਆਉਣ ਤੋਂ ਕਿੱਥੋਂ ਲੱਭਣੀ ਹੈ ਜੇ ਕਈ ਵੀ ਭਰਾ ਨੇ ਸ਼ੋਪਿੰਗ ਕਰਨੀ ਹੋਵੇ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੀ ਸ਼ੋਪ ਤੋਂ ਕੀਤੀ ਅਤੇ ਕੀ ਹਿਸਾਬ ਦਾ ਪਿਆ ਬਾਕੀ ਸਟੇ ਟਿਊਨਡ ਰਹੋ ਹੁਣ ਮੈਂ ਜਾ ਕੇ ਫੋਨ ਫਾਨ ਚ ਚਾਰਜ ਕਰਦਾ ਫਿਰ ਤੁਹਾਡੇ ਨਾਲ ਕਰਦਾ ਗੱਲ ਓਕੇ ਕਿੰਨੀ ਦੁਨੀਆ ਆ ਰਹੀ ਦੇਖੋ ਆਰਾਮ ਨਾਲ ਆਪਾਂ ਜਾ ਰਹੇ ਹਾਂ ਬੀਬੀ ਵੀ ਆਰਾਮ ਨਾਲ ਖੜੀ ਹੋਈ ਲਾ ਕੋਈ ਟੈਨਸ਼ਨ ਨਹੀਂ ਕਾਲੀ ਕੋਈ ਨਹੀਂ ਆਪਾਂ ਨੂੰ ਆਰਾਮ ਨਾਲ ਚਲੋ ਆਰਾਮ ਨਾਲ ਚਲੋ ਆਰਾਮ ਨਾਲ ਕੋਈ ਚੱਕਰ ਨਹੀਂ ਆ ਠੰਡ ਨਾਲ ਬੋਲਿਆ ਵੀ ਨਹੀਂ ਜਾ ਰਿਹਾ ਭੈਣ ਹੁਣ ਆਪਾਂ ਆ ਚੁੱਕੀ ਹਾਂ ਹਾਲ ਨੰਬਰ 3 ਨੋਰਮਲ ਇੱਥੇ ਪਲੱਗ ਪਲੁੱਗ ਹੁੰਦੇ ਆ ਚਾਰਜ ਕਰਨ ਵਾਲੇ ਜੇ ਆਪਾਂ ਨੂੰ ਮਿਲ ਗਿਆ ਫਿਰ ਕਰਦੇ ਹਾਂ ਚਾਰਜ ਬਾਕੀ ਰਹੋ ਸਟੇ ਟਿਊਨ ਤੁਸੀਂ ਹਾਂਜੀ ਜੱਟੋ ਆਪਾਂ ਜਾਣਾ ਸੀਗਾ ਉੱਥੇ ਬੂਟ ਲੈਣ ਟਿੰਬਰਲੈਂਡ ਪਾਈਪ ਲਾ ਕੇ ਆਪਾਂ ਨੂੰ ਪਤਾ ਲੱਗਾ ਕਿ ਇੱਥੇ ਲੱਗ ਜਾਏ ਕੋਈ ਟਿੰਬਰਲੈਂਡ ਦਾ ਸ਼ੋਰੂਮ ਹੀ ਹੈ ਨਹੀਂ ਅਤੇ ਆਪਾਂ ਕੋਲ ਟਾਈਮ ਵੀ ਥੋੜ੍ਹਾ ਆ ਚਲੋ ਕੋਈ ਨਹੀਂ ਤੁਹਾਨੂੰ ਨੈਕਸਟ ਵਾਰ ਦਿਖਾਵਾਂਗੇ ਆਪਾਂ ਜਦੋਂ ਪੋਸੀਬਲ ਹੋਇਆ ਬਾਕੀ ਕੋਈ ਚੱਕਰ ਨਹੀਂ ਬਾਕੀ ਪੀਆ ਵਿਊ ਇੰਜੋਏ ਕਰੋ ਇੱਥੇ ਪੂਰਾ ਮਤਲਬ ਕਰ ਅਤੇ ਇਹਨਾਂ ਨੇ ਬੈਨ ਜਗ੍ਹਾ ਜਗ੍ਹਾ ਬਣਾਈ ਹੋਈ ਹੈ ਰੈਸਟ ਰੂਸਟ ਲੱਗੇ ਹੋ ਕਰਨਾ ਹੁੰਦਾ ਬੰਦੇ ਨੇ ਅਤੇ ਚਾਰਜਰ ਵਾਸਤੇ ਸਿਸਟਮ ਆ ਵੀ ਕੋਈ ਪਲੱਗ ਪਲੁੱਗ ਲੱਗੇ ਸਾਰੇ ਚਾਹ ਤਾਂ ਉਹ ਆਪਣਾ ਸੁੱਤਾ ਆਰਾਮ ਆ ਕਿੰਨਾ ਸੋਹਣਾ ਵਿਊ ਪੂਰਾ ਸਫਾਈ ਸਫਾਈ ਵਧੀਆ ਰੱਖੀ ਜਾਂਦਾ ਅਤੇ ਹੁਣ ਆਪਾਂ ਚੱਲਦੇ ਹਾਂ ਸਟਾਰਬਕਸ ਉਹ ਪਿੱਛੇ ਪੈਂਦਾ ਆ ਅਤੇ ਚਲੋ ਤੁਹਾਨੂੰ ਫਿਰ ਨੈਕਸਟ ਵਲੌਗ 'ਚ ਮਿਲਾਂਗੇ ਅਤੇ ਬਾਕੀ ਸਾਰੇ ਮੇਰੇ ਭਰਾ ਇੱਕ ਵਾਰੀ ਫਿਰ ਕਹਿੰਦਾ ਜਿਹੜੇ ਜਿਹੜੇ ਵੀਡੀਓ ਵੇਖਣਾ ਚਾਹੁੰਦੇ ਆਰਮੀ ਬਾਰੇ ਪੂਰੀ ਇਨਫੋਰਮੇਸ਼ਨ ਬਾਰੇ ਅਤੇ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਅਤੇ ਆਪਣਾ 500 ਦਾ ਟਾਸਕ ਆ 500 ਸਬਸਕ੍ਰਾਈਬਰ ਜਿੱਦਣ ਹੋ ਗਏ ਉੱਦਣ ਹੀ ਆਪਾਂ ਇੱਕ ਪੂਰੀ ਵੀਡੀਓ ਤੁਹਾਨੂੰ ਤਿਆਰ ਕਰਕੇ ਦੇਣੀ ਕੀ ਹੈਗਾ ਹਿਸਾਬ ਕਿਤਾਬ ਕੀ ਨਹੀਂ ਅਤੇ ਜਲਦੀ ਜਲਦੀ ਕਰੋ ਸਬਸਕ੍ਰਾਈਬ ਅਤੇ ਲਾਈਕ ਕਰੋ ਵੀਡੀਓ ਕਮੈਂਟ ਕਰੋ ਦੱਸੋ ਕਿਵੇਂ ਦਾ ਕੀ ਹਾਲਤ ਆ ਵਾ ਬਾਕੀ ਠੀਕ ਹੈ ਲਵ ਯੂ ਮਿਲਦੇ ਨੈਕਸਟ ਬਲੌਗ 'ਚ ਚੰਗਾ ਜੀ